ਸਾਬਕਾ ਜਥੇਦਾਰ ਅਤੇ ਅੱਜ ਦੀ ਆਵਾਜ਼ ਅਖਬਾਰ ਦੇ ਮਾਲਕ ਜਸਬੀਰ ਸਿੰਘ ਰੋਡੇ ਦੇ ਘਰ ਦੇ ਰਾਤ NIA ਵੱਲੋਂ ਪੁਲਿਸ ਨਾਲ ਮਿਲ ਕੇ ਰੇਡ ਮਾਰੀ ਗਈ। NIA ਅਤੇ ਪੁਲਿਸ ਘਰ ਦੀ ਕੰਧ ਟੱਪ ਕੇ ਘਰ ਦੇ ਵਿੱਚ ਦਾਖਲ ਹੋਏ ਨੇ। ਜਸਬੀਰ ਸਿੰਘ ਰੋਡੇ ਨੇ ਦੱਸਿਆ ਕਿ ਦੇਰ ਰਾਤ ਅਚਾਨਕ ਉਹ ਘਰ ਵਿੱਚ ਆਏ ਅਤੇ ਉਹਨਾਂ ਨੇ ਕਿਹਾ ਘਰ ਦੀ ਤਲਾਸ਼ੀ ਲੈਣੀ ਆ। ਇਸ ਤੋਂ ਬਾਅਦ ਜਸਬੀਰ ਸਿੰਘ ਰੋਡੇ ਦੇ ਪੁੱਤਰ ਦੇ ਕਮਰੇ ਵਿੱਚ ਗਏ ਅਤੇ ਉੱਥੇ ਜਾ ਕੇ ਤਲਾਸ਼ੀ ਲਿੱਤੀ ਗਈ। ਇਹ ਵੀ ਦੱਸਿਆ ਗਿਆ ਕਿ ਪਹਿਲਾਂ ਉਹ ਮੁੜ ਗਏ ਸਨ ਅਤੇ ਬਾਅਦ ਵਿੱਚ ਫਿਰ ਵਾਪਸ ਆਏ। ਉਸ ਤੋਂ ਬਾਅਦ ਇਹ ਕਿਹਾ ਗਿਆ ਕਿ ਜਸਬੀਰ ਸਿੰਘ ਰੋਡੇ ਦੇ ਪੁੱਤਰ ਕੋਲੋਂ ਕੁਝ ਨਜਾਇਜ਼ ਸਮਾਨ ਮਿਲਿਆ, ਹਾਲਾਂਕਿ ਉਹ ਨਜਾਇਜ਼ ਸਮਾਨ ਕੀ ਹੈ ਇਹ ਨਹੀਂ ਦੱਸਿਆ ਗਿਆ। ਇਸ ਤੋਂ ਬਾਅਦ NIA ਅਤੇ ਪੁਲਿਸ ਜਸਬੀਰ ਸਿੰਘ ਰੋਡੇ ਦੇ ਪੁੱਤਰ ਨੂੰ ਆਪਣੇ ਨਾਲ ਲੈ ਗਏ। ਅਸਲ 'ਚ ਸਾਰਾ ਵਾਕਿਆ ਕੀ ਹੋਇਆ, ਕਿਸ ਤਰੀਕੇ ਨਾਲ ਘਟਨਾ ਵਾਪਰੀ, ਉਸ ਨੂੰ ਲੈ ਕੇ ਜਸਬੀਰ ਸਿੰਘ ਰੋਡੇ ਨੇ ਪੱਤਰਕਾਰਾਂ ਦੇ ਸਵਾਲਾਂ ਨੂੰ ਜਵਾਬ ਵੀ ਦਿੱਤਾ। ਦੇਖੋ, ਰਾਤ 12:15 ਵਜੇ ਪੁਲਿਸ ਨੇ ਮੇਰੇ ਘਰ ਰੇਡ ਕੀਤੀ ਆ ਅਤੇ ਉਹ ਕੰਧਾਂ ਡੱਪ ਕੇ ਅੰਦਰ ਗਏ ਆ ਅਤੇ ਅੰਦਰ ਜਾ ਕੇ ਉਹਨਾਂ ਨੇ ਅੰਦਰਲਾ ਬਾਹਰ ਖੜਕਾਇਆ, ਮੈਂ ਬਾਹਰ ਨਿਕਲਿਆ। ਮੇਰੀ ਸਿਹਤ ਠੀਕ ਨਹੀਂ ਸੀ, ਮੇਰੀ ਹਾਰਟ ਦੀ ਥੋੜ੍ਹੀ ਪ੍ਰੋਬਲਮ ਸੀਗੀ, 4 ਸਟੰਟ ਪਏ, ਮੈਂ ਹੁਣ ਵੀ ਹੋਸਪਿਟਲ ਚੱਲਿਆ ਅਤੇ ਬਾਂਹ 'ਤੇ ਮੇਰੀ ਕਾਫੀ ਸਟੈਚਿੰਗ ਹੋਈ ਵੀ ਆ। ਜਦੋਂ ਉਹਨਾਂ ਨੇ ਆ ਕੇ ਕਿਹਾ ਕਿ ਗੁਰਮੁਖ ਸਿੰਘ ਨੂੰ ਅਸੀਂ ਲੈਣ ਆਏ ਹਾਂ, ਇਹਦੇ ਕੋਲ ਕੋਈ ਇਤਰਾਜ਼ਯੋਗ ਸਮੱਗਰੀ ਆ, ਮੈਂ ਕਿਹਾ ਆ ਜਾਓ ਤੁਸੀਂ ਅੰਦਰ ਆਓ। ਅੰਦਰ ਆ ਗਏ, ਕੋਈ 10-12 ਜਣੇ ਸੀਗੇ, ਕੁਛ ਉੱਪਰਲੀ ਮੰਜ਼ਿਲ ਚਲੇ ਗਏ, ਕੁਛ ਥੱਲੇ ਖੜੇ ਰਹੇ, ਫਿਰ ਮੈਂ ਵੀ ਉੱਪਰ ਚਲੇ ਗਿਆ। ਉਹਨਾਂ ਨੇ ਕਾਫੀ ਬਰੀਕੀ ਦੇ ਨਾਲ ਗੁਰਮੁਖ ਦੇ ਬੈੱਡਰੂਮ ਦੀ ਤਲਾਸ਼ੀ ਲਈ, ਤਲਾਸ਼ੀ ਲੈ ਕਹਿੰਦੇ ਰਹੇ ਤੇਰੇ ਕੋਲ ਆਹ ਸਮਾਨ ਹੈ, ਤੇਰੇ ਕੋਲ ਆਹ ਸਮਾਨ ਹੈ, ਤੇਰੇ ਕੋਲ ਆਹ ਸਮਾਨ ਹੈ। ਉਹ ਕਹਿੰਦੇ ਵੀ ਆਹ ਮੇਰਾ ਬੈੱਡਰੂਮ ਹੈ, ਜਿੱਥੇ ਤੁਸੀਂ ਚਾਹੁੰਦੇ ਤਲਾਸ਼ੀ ਲੈ ਲਓ। ਉਹਨਾਂ ਤਲਾਸ਼ੀ ਲਈ, ਤਲਾਸ਼ੀ ਦੌਰਾਨ ਮੇਰੇ ਸਾਹਮਣੇ ਉਹਨਾਂ ਨੂੰ ਕੁਛ ਨਹੀਂ ਮਿਲਿਆ, ਫਿਰ ਸਾਰੇ ਥੱਲੇ ਆ ਗਏ, ਗੁਰਮੁਖ ਵੀ ਥੱਲੇ ਆ ਗਿਆ, ਬੈਠੇ ਰਹੇ। ਬੈਠੇ ਰਹਿਣ ਤੋਂ ਬਾਅਦ ਉਹ ਗੁਰਮੁਖ ਨੂੰ ਨਾਲ ਲੈ ਕੇ ਚਲੇ ਗਏ, ਵਿਦਾਊਟ ਕੋਈ ਸਮੱਗਰੀ, ਵਿਦਾਊਟ ਕੋਈ ਇਹੋ ਜਿਹਾ ਸਮਾਨ ਜਿਹੜਾ ਇਤਰਾਜ਼ਯੋਗ ਹੋਵੇ, ਉਹ ਲੈ ਕੇ ਚਲੇ ਗਏ। ਬਾਅਦ 'ਚ ਗੁਰਮੁਖ ਨੂੰ ਉਹਨੇ ਲੈ ਕੇ ਆਏ, ਕੋਈ ਘੰਟੇ ਕੁ ਬਾਅਦ ਫਿਰ 10-15 ਜਣੇ ਫਿਰ ਆਏ ਆ, ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਦੁਬਾਰਾ ਤਲਾਸ਼ੀ ਲੈਣੀ ਆ। ਮੈਂ ਕਿਹਾ ਮੈਂ ਵਾਰ ਵਾਰ ਚੜ੍ਹ ਨਹੀਂ ਸਕਦਾ, ਮੇਰੀ ਸਿਹਤ ਨਹੀਂ ਠੀਕ, ਅਤੇ ਤੁਸੀਂ ਜਿੱਥੇ ਚਾਹੁੰਦੇ ਤਲਾਸ਼ੀ ਲੈ ਲਓ। ਇਸ ਦੌਰਾਨ ਮੇਰਾ ਗਨਮੈਨ ਵੀ ਇੱਥੇ ਸੀ, ਮੇਰਾ ਭਤੀਜਾ ਵੀ ਇੱਥੇ ਸੀਗਾ, ਉਹਨਾਂ ਨੇ ਫਿਰ 2-3 ਘੰਟੇ ਤਲਾਸ਼ੀ ਲਈ ਅਤੇ ਫਿਰ ਉਹ 2-3 ਬੈਗ ਉੱਪਰੋਂ ਲੈ ਕੇ ਆਏ ਕਿ ਆਹ ਸਾਨੂੰ ਸਮਾਨ ਮਿਲਿਆ। ਮੈਨੂੰ ਨਹੀਂ ਪਤਾ ਉਹ ਨਾਲ ਲੈ ਕੇ ਆਏ ਸੀ, ਮੈਨੂੰ ਨਹੀਂ ਪਤਾ ਉਹ ਕਮਰੇ 'ਚੋਂ ਮਿਲਿਆ ਕੀ ਹੈ ਕੀ ਨਹੀਂ ਹੈ। ਅੱਜ ਉਹਨਾਂ ਨੇ 4:30 ਵਜੇ ਅੱਜ ਸ਼ਾਮ ਨੂੰ ਅਦਾਲਤ 'ਚ ਪੇਸ਼ ਕਰਨਾ ਹੈ, ਉਸ ਤੋਂ ਬਾਅਦ ਜੀ ਚਾਰਜਸ਼ੀਟ ਹੋਊਗੀ, ਉਹ ਤੋਂ ਪਤਾ ਲੱਗੂ ਕੀ ਹੈ ਕੀ ਨਹੀਂ ਹੈ। ਮੈਨੂੰ ਇਹ ਵੀ ਨਹੀਂ ਪਤਾ ਕਿ ਉਹ NIA ਸੀ, ਕੋਈ ਪੰਜਾਬ ਪੁਲਿਸ ਸੀ, ਜਲੰਧਰ ਪੁਲਿਸ ਸੀ, ਜਾਂ ਕੋਈ ਕਪੂਰਥਲਾ ਪੁਲਿਸ ਸੀ। ਅੱਛਾ ਭਾਈ ਸਾਹਿਬ, ਹੁਣ ਤੁਹਾਡੇ ਤੋਂ ਪਹਿਲਾਂ ਵੀ ਪੁੱਛਗਿੱਛ ਕੀਤੀ ਗਈ ਹੈਗੀ ਆ ਮੰਡੀ ਜਾ ਕੇ? ਦੇਖੋ, ਪੁੱਛਗਿੱਛ ਤਾਂ ਹੁੰਦੀ ਰਹੀ ਆ। ਦੇਖੋ, 1984 ਤੋਂ ਬਾਅਦ ਮੈਂ 8 ਸਾਲ ਜੇਲ੍ਹ 'ਚ ਰਿਹਾ ਅਤੇ ਉਸ ਤੋਂ ਬਾਅਦ ਜਦੋਂ ਮੈਂ 92-93-94 ਦੇ ਵਿੱਚ ਫਿਰ ਮੇਰੇ 'ਤੇ ਵੀ ਇੱਕ ਇਹੋ ਜਿਹਾ ਕੇਸ ਪਾ ਦਿੱਤਾ ਗਿਆ ਸੀ, ਜਿਹਦੇ 'ਚ ਅਸੀਂ ਬਰੀ ਹੋਏ। ਉਸ ਤੋਂ ਬਾਅਦ ਹੁਣ ਜਦੋਂ ਕਿਸਾਨ ਮੋਰਚਾ ਚੱਲਿਆ, ਉਹ 'ਤੇ ਵੀ ਇੰਨੇ ਮੇਰੇ ਤੋਂ ਪੁੱਛਗਿੱਛ ਕੀਤੀ ਕੋਈ 5-6 ਘੰਟੇ, ਅਤੇ ਉਹਨਾਂ ਨੇ ਵੀ ਕੋਈ ਇਹੋ ਜਿਹਾ ਮੇਰੇ 'ਤੇ ਬਲੇਮ ਸਾਬਤ ਨਹੀਂ ਕੀਤਾ, ਕਿਉਂਕਿ ਮੈਨੂੰ ਤਾਂ ਇਹੀ, ਤੁਹਾਨੂੰ ਪੈਸਾ ਕਿੱਥੋਂ ਆਉਂਦਾ, ਲੰਗਰ ਕਿਵੇਂ ਚੱਲਦੇ ਆ, ਮੈਡੀਕਲ ਕੈਂਪ ਕਿਵੇਂ ਚੱਲਦੇ ਆ, ਇੱਦਾਂ ਦੀਆਂ ਗੱਲਾਂ ਬਹੁਤ ਹੋਈਆਂ, ਪਰ ਕੋਈ ਗੱਲ ਨਹੀਂ ਹੋਈ, ਕੋਈ ਗੱਲ ਮਤਲਬ ਇਤਰਾਜ਼ ਉਹ ਗੱਲ ਮੇਰੇ 'ਤੇ ਕੋਈ ਦੋਸ਼ ਉਹ ਸਾਬਤ ਨਹੀਂ ਕਰ ਸਕੇ। ਤੁਹਾਡੇ ਕਹਿਣ ਦਾ ਭਾਵ ਹੈ ਕਿਸਾਨ ਮੋਰਚੇ ਕਰਕੇ ਵੀ ਤੁਹਾਡੇ 'ਤੇ ਕੀਤਾ ਜਾ ਰਿਹਾ? ਦੇਖੋ, ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਵੀ ਇਹ ਕੀ ਹੈ ਕਿਸਾਨ ਮੋਰਚੇ ਕਰਕੇ ਹੈ, ਜਾਂ ਕੋਈ ਜੇ NIA ਦਾ ਕਿ ਵਾਕਿਆ ਕੋਈ ਪ੍ਰੈਸ਼ਰ ਹੈ, ਜੇ ਮੇਰੇ 'ਤੇ ਨੇ ਕੋਈ ਗੱਲ ਕੱਢੀ ਤੀ, ਜੇ ਮੇਰੇ ਬੇਟੇ 'ਤੇ ਲੈ ਕੇ ਆ ਗਏ, ਕੁਝ ਵੀ ਹੋ ਸਕਦਾ। ਪਾਕਿਸਤਾਨ ਦੇ ਵੱਲੋਂ ਜੋ ਹਥਿਆਰ ਕਹਿ ਰਹੇ ਬਰਾਮਦੀ ਕੀਤੀ ਗਈ, ਕੁਝ ਹਥਿਆਰ ਹੈ, ਕਿੰਨੀ ਕੁ ਸੱਚਾਈ ਹੈ? ਇਹ ਰੋਜ਼ ਦਿਨ ਦੀਆਂ ਗੱਲਾਂ ਹੈ, ਰੋਜ਼ ਦਿਨ ਦੀਆਂ ਵੀ ਡਰਾਮ ਆਉਂਦੇ ਆ ਜੀ, ਅੱਜ ਫਲਾਨਾ ਉੱਥੋਂ ਫਲਾਨੀ ਬਾਰਡਰ 'ਤੇ ਸਿੱਟ ਗਿਆ, ਫਲਾਣੇ ਸਰਪੰਚ ਨੇ ਚੱਕ ਲਏ ਫਲਾਣੇ, ਇਹ ਤਾਂ ਰੋਜ਼ ਦੀਆਂ ਗੱਲਾਂ ਹੈ। ਉਹਨੂੰ ਕਿਤੇ ਨਾ ਕਿਤੇ ਜੋੜਨ ਵਾਸਤੇ ਹੋ ਸਕਦਾ ਹੈ ਵੀ ਉਹਦੀਆਂ ਤਾਰਾਂ ਜਲੰਧਰ ਦੇ ਕੁਝ ਨੌਜਵਾਨਾਂ ਨਾਲ ਜੋੜਦੇ ਨੇ ਜੀ, ਪਰ ਹਾਲੇ ਮੈਂ ਕਿਉਂਕਿ ਇਨਸ਼ੋਰ ਹੈ ਗੱਲ ਸਾਰੀ, ਪਤਾ ਨਹੀਂ ਕੀ ਹੈ ਕੀ ਕਹਾਣੀ ਹੈ ਨਹੀਂ ਹੈ, ਇਹ 'ਤੇ ਮੈਂ ਪੁਲਿਸ 'ਤੇ ਵੀ ਦੋਸ਼ ਲਾਉਣਾ ਚਾਹੁੰਦਾ, ਅਤੇ ਮੈਂ ਇਹ ਵੀ ਨਹੀਂ ਕਹਿਣਾ ਚਾਹੁੰਦਾ ਕਿ ਜੋ ਉਹ ਕਹਿ ਰਹੇ ਨੇ ਕਿ ਅਸੀਂ ਆਹ ਕੋਈ ਸਮੱਗਰੀ ਬਰਾਮਦ ਕੀਤੀ ਹੈ, ਉਹਦੇ 'ਚ ਕੋਈ ਸੱਚਾਈ ਹੈ? ਅੱਜ ਜਦੋਂ ਤੁਹਾਨੂੰ ਜਦੋਂ ਅੱਜ ਗੁਰਮੁਖ ਭਾਟੀ ਹੋਣਾ ਨੂੰ ਲੈ ਕੇ ਗਏ, ਗੁਰਮੁਖ ਹੋਣਾ ਨੂੰ,
ਉਦੋਂ ਕੋਈ ਦੱਸਿਆ ਸੀਗਾ ਕਿ ਮਤਲਬ ਜਿਹੜਾ ਸਮਾਨ ਬਰਾਮਦ ਹੋਇਆ ਉਹਦੇ 'ਚ ਕੀ ਚੀਜ਼ਾਂ ਲੱਭੀਆਂ ਨੇ ਉਹ 'ਚ ਕੀ ਹੈ ਕਿ ਉਦੋਂ ਕੁਛ ਨਹੀਂ ਜਦੋਂ ਗੁਰਮਸਨ ਨੂੰ ਲੈ ਕੇ ਗਏ ਆ ਉਦੋਂ ਇੱਕ ਵੀ ਚੀਜ਼ ਨਹੀਂ ਸੀ ਇਹਨਾਂ ਕੋਲ ਕੁਝ ਵੀ ਨਹੀਂ ਸੀ ਕਹਿੰਦੇ ਸੀ ਗੁਰ ਕੁਝ ਹੋਰ ਬੰਦੇ ਫੜੇ ਉਹਨਾਂ ਦੇ ਸਾਹਮਣੇ ਕਰਨਾ ਹੈ ਗੁਰਮਤ ਸਿੰਘ ਦੇ ਕੋਲੋਂ ਅਸੀਂ ਇਤਰਾਜ਼ਯੋਗ ਸਮੱਗਰੀ ਪ੍ਰਾਪਤ ਕਰਨੀ ਹੈ ਉਹ ਇਕੱਲੇ ਗੁਰਮਤ ਸਿੰਘ ਨੂੰ ਤੇ ਉਹਦੀ ਗੱਡੀ ਲੈ ਗਏ ਸੀ ਦੱਸਿਆ ਕੁਛ ਕਿਹੜੀ ਇਤਰਾਜ਼ਯੋਗ ਸਮੱਗਰੀ ਉਹਨਾਂ ਦੇ ਕੋਲ ਨਹੀਂ ਮੈਨੂੰ ਨਹੀਂ ਕੋਈ ਦੱਸਿਆ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਦਾ ਕਹਿਣਾ ਹੈ ਕਿ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਉਹਨਾਂ ਦੇ ਘਰ ਰੇਡ ਪਈ ਹੋਵੇ NIA ਵੱਲੋਂ ਪਹਿਲਾਂ ਵੀ ਉਹਨਾਂ ਦੇ ਘਰ ਵਿੱਚ ਰੇਡ ਮਾਰੀ ਸੀ ਅਤੇ ਸਵਾਲ ਇਹ ਕੀਤੇ ਸੀ ਕਿ ਕਿਸਾਨੀ ਸੰਘਰਸ਼ ਵਿੱਚ ਜੋ ਲੰਗਰ ਚੱਲ ਰਿਹਾ ਜੋ ਮੈਡੀਕਲ ਕੈਂਪ ਲਗਾਏ ਜਾ ਰਹੇ ਨੇ ਉਹਨਾਂ ਦਾ ਰੁਪਈਆ ਕਿੱਥੋਂ ਆ ਰਿਹਾ ਤਾਂ ਇੱਕ ਇਸ਼ਾਰਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਇਹ ਸਾਰਾ ਕੁਝ ਮਾਮਲਾ ਇਹ ਸਾਰੀ ਰੇਡ ਕਿਸਾਨੀ ਸੰਘਰਸ਼ ਦੇ ਨਾਲ ਜੋੜ ਕੇ ਵੀ ਕੀਤੀ ਗਈ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਹਰ ਉਸ ਵਿਅਕਤੀ ਦੇ ਖਿਲਾਫ ਕੋਈ ਨਾ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਜੋ ਵੱਡਾ ਨਾਮ ਹੈ ਅਤੇ ਕਿਸਾਨੀ ਸੰਘਰਸ਼ ਨੂੰ ਖੁੱਲ੍ਹ ਕੇ ਹਮਾਇਤ ਕਰ ਰਿਹਾ ਇਸੇ ਨੂੰ ਲੈ ਕੇ ਹੁਣ ਇਹ ਸੋਚਣ ਦੀ ਗੱਲ ਹੈ ਕਿ ਆਖਰ ਇਸ ਰੇਡ ਦਾ ਅਸਲ ਮਕਸਦ ਕੀ ਸੀ